ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿਖੇ ਕਾਂਗਰਸ ਤੋਂ ਬਾਗੀ ਹੋ ਕੇ ਆਜ਼ਾਦ ਚੋਣ ਜਿੱਤਣ ਵਾਲੇ ਟਕਸਾਲੀ ਕਾਂਗਰਸੀ ਆਗੂ ਦਰਸ਼ਨ ਸਿੰਘ ਦੇ ਲਈ ਰੱਖੇ ਗਏ ਧੰਨਵਾਦੀ ਪ੍ਰੋਗਰਾਮ ਵਿੱਚ ਲੋਕਾਂ ਦਾ ਧੰਨਵਾਦ ਕਰਨ ਲਈ ਬਾਗਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਮੁੱਖ ਬੁਲਾਰਾ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ 'ਤੇ ਉਹਨਾਂ ਨੇ ਬੀਬੀ ਰਾਜਵਿੰਦਰ ਕੌਰ ਭਾਗੀਗੇ ਅਤੇ ਅਕਾਲੀ ਦਲ ਦੇ ਉਮੀਦਵਾਰ ਦੀ ਸ਼ਰਿਆਮ ਮਦਦ ਕਰਨ ਦੇ ਦੋਸ਼ ਵੀ ਲਗਾਏ। ਸਰਦਾਰ ਦਰਸ਼ਨ ਸਿੰਘ ਨੇ ਪਿੰਡ ਮਾਛੀਕੇ ਤੋਂ ਪੁਰਾਣਾ ਪਿਛੋਕੜ ਕਾਂਗਰਸੀ, ਉਸ ਸਮੇਂ ਜਦੋਂ ਅੱਤਵਾਦ ਦਾ ਸਮਾਂ ਸੀ 1992, ਉਸ ਤੋਂ ਵੀ ਪਹਿਲਾਂ ਦੇ ਸਮੇਂ ਦੇ ਇਹ ਕਾਂਗਰਸੀ ਪਰਿਵਾਰ ਨੇ, ਔਰ ਇਹਨਾਂ ਪਰਿਵਾਰਾਂ ਨੂੰ ਇਗਨੋਰ ਕੀਤਾ ਗਿਆ ਇੱਕ ਦੂਜੀ ਪਾਰਟੀ 'ਚ ਆਏ ਹੋਏ MLA ਦੇ ਕੈਂਡੀਡੇਟ ਨੇ। ਤਾਂ ਫਿਰ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਇਸ ਪਰਿਵਾਰ ਦੀ ਤਾਂ ਬੜੀ ਲੰਬੀ ਸੇਵਾ ਹੈ ਇਸ ਨਗਰ ਲਈ, ਕਾਂਗਰਸ ਪਾਰਟੀ ਲਈ, ਤਾਂ ਇਹਨਾਂ ਨੇ ਆਪਦਾ ਉਮੀਦਵਾਰ ਖੜ੍ਹਾ ਕੀਤਾ। ਅਤੇ ਬੇਸ਼ੱਕ ਇਹ ਆਜ਼ਾਦ ਚੋਣ ਜਿੱਤੇ ਆ, ਪਰ ਕਾਂਗਰਸ ਪਾਰਟੀ ਦੇ ਹੀ ਮੈਂਬਰ ਆ ਅਤੇ ਕਾਂਗਰਸੀ ਹੀ ਰਹਿਣਗੇ, ਔਰ ਜਿਹੜੇ ਅੱਜ ਇਹ ਗੱਲਾਂ ਕਰਦੇ ਆ, ਜਿਹੜੇ ਸਰਟੀਫਿਕੇਟ ਵੰਡਦੇ ਆ ਵੀ ਇਹ ਕਾਂਗਰਸੀ ਨਹੀਂ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਪਤਾ ਨਹੀਂ 2019 ਤੱਕ ਕਾਂਗਰਸ 'ਚ ਰਹਿਣਾ ਕਿ ਨਹੀਂ ਰਹਿਣਾ, ਕਾਂਗਰਸ ਨੂੰ ਇਸ ਕਦਰ ਬਰਬਾਦ ਨਾ ਕਰੋ, ਕਾਂਗਰਸ ਦਾ ਇਸ ਕਦਰ ਨੁਕਸਾਨ ਨਾ ਕਰੋ। ਜਿਨ੍ਹਾਂ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਜਿਉਂਦਿਆਂ ਰੱਖਿਆ, ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ, ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਦਰਕਿਨਾਰ ਨਹੀਂ ਕਰ ਸਕਦੇ। ਔਰ 40,000 ਦੇ ਕਰੀਬ ਵੋਟ ਪਈ ਆ ਅਕਾਲੀ ਦਲ 'ਚੋਂ ਆਈ ਹੋਈ ਬੀਬੀ ਨੂੰ, ਕਾਂਗਰਸ ਦੀ ਚੋਣ ਲੜੀ, ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਆ। 40,000 ਵੋਟ ਜਿਹੜੀ 39,000 ਪਈ ਹੈ ਨਾ, ਉਹ ਵੋਟ ਕਾਂਗਰਸੀ ਵਰਕਰਾਂ ਦੀ ਹੀ ਪਈ। ਟਕਸਾਲੀਆਂ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ, ਕੀ ਮੰਨਦੇ? ਮੈਂ ਉਹੀ ਦੱਸ ਰਿਹਾ ਸੀਗਾ ਕਿ ਟਕਸਾਲੀਆਂ ਦੀ ਮਿਹਨਤ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਆ। ਜਿਹੜੇ ਆਪਦੇ ਨਾਲ ਆਏ ਹੋਏ ਆ, 5-7 ਬੰਦੇ ਇਹੋ ਜਿਹੇ ਨਾਲ ਆਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਪਿੰਡ ਦੇ ਵਿੱਚੋਂ ਮੈਂਬਰ ਪੰਚਾਇਤ ਵੀ ਨਹੀਂ ਬਣਦੇ। ਤਾਂ ਦੋਸ਼ ਕਿੰਦਾ ਤੇ ਹੁੰਦਾ ਇਹ? ਮੈਂ ਤਾਂ ਬਾਈ ਨੇਮ ਗੱਲ ਕਰ ਰਿਹਾ, ਜੋ ਤੁਸੀਂ ਜੋ ਕਹਾਉਣਾ ਚਾਹੁੰਦੇ ਹੋ ਨਾ, ਮੈਂ ਤੁਹਾਡੇ ਬਿਨਾਂ ਕਹੇ ਬਾਈ ਨੇਮ ਦੱਸ ਰਿਹਾ ਕਿ ਅੱਜ ਜੋ ਆਪਣੇ ਆਪ ਨੂੰ ਹਲਕਾ ਇੰਚਾਰਜ ਦੱਸਦੇ ਉਹ ਹਲਕੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਿੱਦਾਂ ਸਰਕਾਰ ਬਣੀ ਆ, ਅਕਾਲੀ ਦਲ ਦਾ ਕਲਚਰ ਉਹਨਾਂ ਨੇ ਉਸ ਦਿਨ ਹੀ ਖਤਮ ਕਰਤਾ ਸੀ ਕਿ ਅਕਾਲੀ ਦਲ 'ਚ ਕਲਚਰ ਸੀ ਕਿ ਹਲਕਾ ਇੰਚਾਰਜ। ਤੁਸੀਂ ਬਾਂਹ ਫੜੋਗੇ? ਜੇ ਅਸੀਂ ਬਾਂਹ ਫੜੀਏ ਤਾਂ ਹੀ ਸਾਡੇ ਨਾਲ ਖੜੇ ਆ। ਟਕਸਾਲੀ ਕਾਂਗਰਸੀਆਂ ਲਈ ਅਸੀਂ ਦਿਨ ਰਾਤ ਹਾਜ਼ਰ ਸੀ ਅਤੇ ਹੁਣ ਵੀ ਹਾਜ਼ਰ ਹਾਂ, ਕਿਉਂਕਿ ਟਕਸਾਲੀਆਂ ਨੇ ਹੀ ਹਲਕੇ ਨਿਹਾਲ ਸਿੰਘ ਵਾਲੇ ਦੀ ਕਾਂਗਰਸ ਬਚਾਈ ਆ। ਇਹਨਾਂ ਵਰਕਰਾਂ ਦੇ ਸਿਰ 'ਤੇ ਜੇ ਅਸੀਂ ਗੱਲ ਕਰੀਏ ਨਾ ਕਿ ਅਸੀਂ ਲੀਡਰਾਂ ਨੇ, ਨਹੀਂ, ਲੀਡਰਾਂ ਦਾ ਕੋਈ ਪਤਾ ਨਹੀਂ ਕਿੱਦਾਂ ਦਲ ਬਦਲ ਜਾਣਾ, ਗਿਣਤੀ ਉਂਗਲਾਂ 'ਤੇ ਕਰਾ ਦੇਣਾ ਤੁਹਾਨੂੰ। ਨਿਹਾਲ ਸਿੰਘ ਵਾਲੇ ਹਲਕੇ 'ਚ ਇੰਨੇ ਕੁ ਲੀਡਰ ਬੈਠੇ ਆ ਜਿਹੜੇ ਪਾਰਟੀ ਬਦਲਣ ਲਈ ਰਾਤ ਵੀ ਨਹੀਂ ਲਾਉਂਦੇ, ਸਵੇਰ ਨੂੰ ਪਤਾ ਲੱਗਦਾ ਕਿ ਦੂਜੀ ਪਾਰਟੀ 'ਚ ਆ ਗਏ। ਘੰਟਿਆਂ ਦਾ ਕੰਮ ਮਿੰਟਾਂ 'ਚ ਹੀ ਮੁਕਾ ਦਿੰਦੇ ਆ। ਅਤੇ ਇਹ ਦੂਜੇ ਪਾਸੇ ਜੇ ਗੱਲ ਕਰਨੀ ਹੈ ਕਾਂਗਰਸ ਨੂੰ ਜਿਉਂਦਾ ਰੱਖਣ ਦੀ, ਕਾਂਗਰਸ ਦੀ ਚੜ੍ਹਦੀ ਕਲਾ ਦੀ, ਤਾਂ ਆਹੀ ਵਰਕਰ ਸਾਥੀ ਆ। ਇਹਨਾਂ ਨੇ ਆਪਦੇ ਉੱਤੇ 10 ਸਾਲ ਅਕਾਲੀ ਦਲ ਦਾ ਤਸ਼ੱਦਦ ਝੱਲਿਆ, ਇਸੇ ਬੀਬੀ ਨੇ ਇਹਨਾਂ ਕਾਂਗਰਸੀਆਂ ਦੇ ਕੰਮ ਨਹੀਂ ਹੋਣ ਦਿੱਤੇ। ਜੇ ਇਹ ਬੀਬੀ ਕਹੂਗੀ ਨਾ ਕਿ ਇੱਕ ਵੀ ਲਿਆਓ, ਤਾਂ ਇੱਕ ਆ ਖੜਾ ਸਾਹਮਣੇ ਜਿਹਨੂੰ ਗ੍ਰਾਂਟ ਵੀ ਨਹੀਂ ਲੈਣ ਦਿੰਦੇ ਸੀ, ਖੁਦ ਸਰਪੰਚ ਸੀ ਮੈਂ, ਔਰ ਮੈਂ ਕਾਂਗਰਸ ਦਾ ਸਰਪੰਚ ਸੀ ਅਤੇ ਬੀਬੀ ਅਕਾਲੀ ਦਲ ਦੀ MLA ਸੀ। ਸੋ ਟਕਸਾਲੀਆਂ ਨਾਲ ਇਹ ਧੱਕੇਸ਼ਾਹੀ ਨਹੀਂ ਬਰਦਾਸ਼ਤ ਕਰਨੀ। ਟਕਸਾਲੀਆਂ ਨੇ ਹੀ ਕਾਂਗਰਸ ਬਚਾਈ ਆ, ਕਾਂਗਰਸ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ, ਅਤੇ ਟਕਸਾਲੀ ਹੀ ਮੂਹਰੇ ਰਹਿਣਗੇ। ਜੇ ਤੁਸੀਂ ਚਾਹੋ ਤਾਂ 5-7% ਜਿਹੜੇ ਨਾਲ ਦੇ ਲਿਆ ਕੇ ਤੁਸੀਂ ਉੱਤੇ ਬਿਠਾਓਗੇ, ਅਸੀਂ ਹੋਣ ਨਹੀਂ ਦੇਣਾ। ਅੱਜ ਦਾ ਜਿਹੜਾ ਇਹ ਸਮਾਗਮ ਪਿੰਡ ਮਾਛੀਕੇ ਹਲਕਾ ਨਿਹਾਲ ਸਿੰਘ ਵਾਲੇ ਦੇ ਵਿੱਚ ਕਰਾਇਆ, ਇਹਦੇ ਵਿੱਚ ਸਰਦਾਰ ਕਮਲਜੀਤ ਸਿੰਘ ਬਰਾੜ ਜੋ ਸਪੋਕਸਮੈਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਉਹ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਆ, ਅਤੇ ਦਰਸ਼ਨ ਸਿੰਘ ਭੂਤਨਾ ਜਿਹੜੇ ਸਾਡੇ ਇੱਥੋਂ
ਸਲਾਕ ਸੰਮਤੀ ਦੇ ਕੈਂਡੀਡੇਟ ਸੀਗੇ ਅਤੇ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਆ 521 ਵੋਟਾਂ 'ਤੇ। ਸੋ ਉਹਨਾਂ ਦੇ ਲਈ ਜਿਹੜਾ ਇਹ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਧਨਵਾਦੀ ਦੌਰਾ, ਜਿਹਦੇ ਵਿੱਚ ਬਰਾੜ ਸਾਹਿਬ ਪਹੁੰਚੇ ਆ ਅਤੇ ਸਾਡੇ ਹੋਰ ਵੀ ਜਿਹੜੇ ਟਕਸਾਲੀ ਕਾਂਗਰਸੀ ਆ ਜਿਹੜੇ ਉਹ ਇੱਥੇ ਅੱਜ ਪਹੁੰਚੇ ਆ ਅਤੇ ਲੋਕਾਂ ਦਾ ਜਿਹੜਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਯਕੀਨ ਦਵਾਇਆ ਵੀ ਜਿਵੇਂ ਤੁਸੀਂ ਇੰਨੀਆਂ ਵੋਟਾਂ ਦੇ ਫਰਕ ਦੇ ਨਾਲ ਦਰਸ਼ਨ ਸਿੰਘ ਨੂੰ ਜਿਤਾਇਆ ਅਤੇ ਇਹ ਵੀ ਤੁਹਾਡੀ ਸੇਵਾ ਦੇ ਵਿੱਚ ਜਿਹੜਾ 24 ਘੰਟੇ ਜਿਹੜਾ ਹਾਜ਼ਰ ਹੋਊਗਾ, ਬੇਸ਼ੱਕ ਉਹ ਕਿਸੇ ਦੇ ਘਰੇਲੂ ਕੰਮ ਹੋਣ ਜਾਂ ਪਿੰਡ ਦੇ ਸਾਂਝੇ ਕੰਮ ਹੋਣ, ਉਹਦੇ ਵਿੱਚ ਹਮੇਸ਼ਾ ਜਿਹੜੇ ਤਤਪਰ ਰਹਿਣਗੇ। ਅਤੇ ਅਜੇ ਤਾਂ ਵੈਸੇ ਲਿਸਟਾਂ ਜਿਹੜੀਆਂ ਜਾਰੀ ਨਹੀਂ ਹੋਈਆਂ ਵੀ ਬਲਾਕ ਸੰਮਤੀ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਅਜੇ ਹੋਣਾ ਵੀ SC ਜਾਂ ਜਰਨਲ ਜਿਹੜੀ ਚੇਅਰਮੈਨ ਦੀ ਉਹ ਹੋਣੀ ਆ ਪੋਸਟ, ਅਤੇ ਸਾਨੂੰ ਬਹੁਤ ਵੱਡੀ ਉਮੀਦ ਆ ਵੀ ਜੇ SC ਜਰਨਲ ਹੁੰਦੀ ਆ ਤਾਂ ਦਰਸ਼ਨ ਸਿੰਘ ਜਿਹੜਾ ਇੱਕ ਪਿੰਡ ਮਾਛੀ ਕਹਿੰਦੇ ਇੱਕ ਬਹੁਤ ਵੱਡਾ ਜਿਹੜਾ ਇੱਕ ਜ਼ਿੰਮੇਵਾਰੀ ਆ ਜਿਹੜੀ ਉਹ ਇਹਨਾਂ ਨੂੰ ਮਿਲ ਸਕਦੀ। ਚੋਣਾਂ ਤੱਕ ਫੁੱਟ ਜਾ ਰਿਹਾ।